ਪਿਛਲੇ ਕੁਝ ਦਿਨਾਂ 'ਚੋਂ ਮੈਂ ਢਿੱਲਾ ਹੋ ਗਿਆ ਸੀ, ਬੁਖਾਰ ਦੀ ਸ਼ਿਕਾਇਤ ਸੀ, ਅਤੇ ਉਹਦੇ ਕਰਕੇ ਮੈਂ ਟੈਸਟ ਕਰਵਾਇਆ, ਮੈਨੂੰ ਕਰੋਨਾ ਪੋਜ਼ੀਟਿਵ ਆ ਗਿਆ। ਉਹ ਵੀ ਠੀਕ ਹੈ, ਬੁਖਾਰ ਵੀ ਠੀਕ ਹੈ, ਖੰਘ ਵੀ ਠੀਕ ਹੈ, ਪੋਜ਼ੀਟਿਵ ਦੀ ਵੀ ਨੈਗੇਟਿਵ ਵੱਲੋਂ ਵੱਧ ਰਹੇ ਨੇ ਪੁਆਇੰਟ। ਇੱਕ ਦੋ ਦਿਨਾਂ ਦੇ ਵਿੱਚ ਮੈਂ ਕਾਇਮ ਹੋ ਕੇ ਤੁਹਾਡੇ ਵਿੱਚ ਸ਼ਾਮਲ ਹੋ ਜੂੰਗਾ। ਕਿਸੇ ਕਿਸਮ ਦੀ ਚਿੰਤਾ ਕਰਨ ਦੀ ਲੋੜ ਨਹੀਂ, ਚੜ੍ਹਦੀ ਕਲਾ 'ਚ ਰਹੋ, ਜਿੱਤ ਕੇ ਨਿਕਲ। ਹਾਂਜੀ, ਸੁਖਵਿੰਦਰ ਸਿੰਘ ਉਗਰਾਹਾਂ ਜੀ ਸਾਡੇ ਕੋਲ 17 ਤਰੀਕ ਨੂੰ ਆਏ ਹੈਗੇ ਨੇ ਅਰਾਊਂਡ 9 ਵਜੇ ਸ਼ਾਮ ਨੂੰ, ਔਰ ਉਹਨਾਂ ਦੀ ਚੀਫ ਆਫ ਕੰਪਲੇਂਟ ਸੀ ਕਿ ਉਹਨਾਂ ਨੂੰ ਇੱਕ ਹਫ਼ਤੇ ਤੋਂ ਫੀਵਰ ਆ ਰਿਹਾ ਸੀਗਾ ਔਰ ਸਾਹ ਲੈਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਸੀਗੀ। ਉਹਨਾਂ ਦੀ ਕੋਵਿਡ ਰਿਪੋਰਟ ਪੋਜ਼ੀਟਿਵ ਆਉਣ ਤੋਂ ਬਾਅਦ ਅਸੀਂ ਜੋ ਟ੍ਰੀਟਮੈਂਟ ਹੈਗਾ ਉਹ ਸਟਾਰਟ ਕਰ ਦਿੱਤਾ ਅਤੇ ਉਹਨਾਂ ਨੂੰ ਅਗਲੇ 14 ਦਿਨਾਂ ਤੱਕ ਆਈਸੋਲੇਸ਼ਨ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ। ਮੈਡੀਕਲੀ ਪੋਜੀਸ਼ਨ ਦੇਖੋ, CRP ਲੈਵਲ ਉਹਨਾਂ ਦਾ ਕਾਫੀ ਹੱਦ ਤੱਕ ਸੀਗਾ, ਅਤੇ ਹੁਣ 3 ਦਿਨਾਂ ਬਾਅਦ 4 ਦਿਨ ਅਸੀਂ ਰਿਪੋਰਟ ਪੋਜ਼ਿਟਿਵ ਜਿਹੜੇ ਟੈਸਟ ਸੀਗੇ ਉਹਨਾਂ ਦੇ ਰਿਪੀਟ ਕੀਤੇ ਹੈਗੇ ਆ, ਤਾਂ ਉਹ ਕਾਫੀ ਹੱਦ ਤੱਕ ਠੀਕ ਨੇ।